शाही वापस आ जाओ, शाही वापस आ जाओ, शाही वापस आ जाओ। ते जे ना आए ते फिर ए उम्मीद ना रखिया जे मिये तनवीर को के ए शाही आखेगा फिर तुहानू ओए शाही आखणा। मैनू अज फोन आया जी तुसी ओ हाथ हौला रखिया करो, कुछ ना आखिया करो। मैं क्या उन्होंने कहो जिथों गए सो उथे वापस आ जाओ, असि हाथ भी चुमांगे पैर भी चुमांगे, सानू मसला ही कोई नहीं। जिवें अकीदा आले सुन्नत दा और अफजलियत सैयदना सिद्दीक अकबर दा पहलो दिफा करदे से ते टैंच पाटे आले उस पाटवी दे पर खछे उड़ांदे सो ते रावल पिंडी दे तफजीलियां तो रगड़ा लाउंदे सो। शाही वापस आओ, तुहाडा ओही मकाम है, उत्थे आके अकीदा आले सुन्नत दा दिफा करो। खुदा की कसम है तुहाडे जोड़िया की खाक असीं अखां दा सुरमा बना। शाही तुसीं साडी निस्बत चो, मैं बादुकाल जज्बाती हो जाण, मेरे कोल अकीदे ते कंप्रोमाइज नहीं हुंदा। शाही इन्हां गुलामां की मौजूदगी च, मुफ्ती साहब की मौजूदगी च मैं दावते रुजू पिया देना। आ जाओ अपने असल वल लौट आओ, छड़ दियो ना मुतरफिजा नू, छड़ दियो भैड़ी मजलिस नू, छड़ दियो इस भैड़ी सोसाइटी नू। आ जाओ, तुहानू पता ही है भाई इत्थे आया ही अली अली करन दा सवाद आउंदा है, इत्थे आया ही सिद्दीक सिद्दीक करन दा सवाद। इन्हां सुनियां विच ही अज तुसी भी जानदे हो कि उत्थे बह के तुसां ਕਿੱਡੀ ਝਿਜਕ ਝਿਜਕ ਕੇ ਸਿੱਦੀਕ ਦਾ ਨਾਂ ਲੈਂਦੇ ਪਏ ਹੋ, ਤੁਸੀਂ ਕਿੱਡਾ ਝਿਜਕ ਝਿਜਕ ਕੇ ਉਮਰ ਦੇ ਸਹਾਬਾ ਦਾ ਨਾਂ ਲੈਂਦੇ ਪਏ ਹੋ। ਸ਼ਾਜੀ ਰਾਤ ਨੂੰ ਬਹਿ ਕੇ ਸੋਚਿਆ ਜੇ ਇਹ ਕੋਈ ਥੋੜਾ ਜਿਹਾ ਜ਼ਮੀਰ ਮਲਾਮਤ ਕਰੇ ਤੇ ਵਾਪਸ ਆ ਤੇ ਇੱਥੇ ਦੱਸ ਫਿਰ ਕਿ ਜਦੋਂ ਮੈਂ ਇੱਥੇ ਸਾਂ ਤੇ ਫਿਰ ਸਿੱਦੀਕ ਦਾ ਨਾਂ ਵੀ ਧੜੱਲੇ ਨਾਲ ਲੈਂਦਾ ਸਾਂ, ਅਲੀ ਦਾ ਨਾਂ ਵੀ ਧੜੱਲੇ ਨਾਲ ਲੈਂਦਾ ਸਾਂ। ਸਾਡੇ ਦਰਦ ਨੂੰ ਸਮਝੋ, ਸਾਨੂੰ ਤਕਲੀਫ ਹੈ ਤੁਹਾਡੀ ਗੁਮਰਾਹੀ ਦੀ, ਸਾਨੂੰ ਦਰਦ ਹੈ ਤੁਹਾਡੇ ਭਟਕਣ ਦਾ। ਅਸੀਂ ਤੇ ਪਤਾ ਨਹੀਂ ਕੀ ਸੋਚਦੇ ਸਾਂ ਪਰ ਆਖਰੀ ਉਮਰ ਹੈ, ਪਤਾ ਨਹੀਂ ਕੀ ਬਣਨਾ। ਵਾਪਸ ਆ ਜਾਓ। ਇਨਮਲ ਆਮਾਲ ਬਿਲ ਖਵਾਤੀਮ, ਖਾਤਿਮਾ ਚੰਗਾ ਹੋ ਜਾਏ ਬੇੜਾ ਪਾਰ ਹੋ ਜਾਏਗਾ। ਤਵੱਜੋ ਹੈ ਸੁਣੋ, ਅੱਜ ਆ ਜੋ ਸੁਨਤ ਤੇ ਬਾਹਰ ਹੋ ਰਿਹਾ ਹੈ, ਅੱਜ ਸੁਨਤ ਦੇ ਅਕੀਦੇ ਤੇ ਬਾਹਰ ਹੋ ਰਿਹਾ ਹੈ, ਹਮਲੇ ਹੋ ਰਹੇ ਨੇ ਬਾਰ 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 ਬਾਰ, ਕਦੀ ਕਿਸੇ ਸਾਹਬੀ ਦਾ ਨਾਂ ਲੈ ਕੇ, ਕਦੀ ਕਿਸੇ ਸਾਹਬੀ ਦਾ ਨਾਂ ਲੈ ਕੇ, ਕਦੀ ਕਿਸੇ ਸਾਹਬੀ ਦਾ ਨਾਂ ਲੈ ਕੇ। ਇੰਝ ਨਾਂ ਲੈਂਦੇ ਨੇ ਜਿਵੇਂ ਕਿਸੇ ਕਲਾਸ ਫੈਲੋ ਜਾਂ ਕੋਈ ਵੱਡਾ ਬੰਦਾ ਛੋਟੇ ਬੰਦੇ ਨੂੰ ਡਾਂਟਦਾ ਨੀ ਪਿਆ। ਮਾਸ਼ਾਅੱਲਾ, ਹੱਦ ਹੋ ਗਈ, ਤੁਹਾਨੂੰ ਸਾਰੇ ਅਦਾਬ ਭੁੱਲ ਗਏ। ਤੁਸਾਂ ਖੁਦਾ ਦੀ ਕਸਮ ਹੈ, ਮੇਰਾ ਉਸ ਦਿਨ ਦਾ ਕਲੇਜਾ ਫਟਿਆ ਜਿਸ ਦਿਨ ਦਾ ਇਹਨਾਂ ਦੀ ਜ਼ੁਬਾਨੀ ਚੋਂ ਮੈਂ ਸੈਯਦਨਾ ਅਬਦੁੱਲਾ ਬਿਨ ਉਮਰ ਦਾ ਨਾਂ ਐਡੀ ਬੇਅਦਬੀ ਨਾਲ ਲਿਆ ਸੁਣਿਆ ਗਿਆ। ਮੇਰੇ ਨਬੀ ਦੇ ਗੁਲਾਮ, ਮੇਰੇ ਮੁਸਤਫਾ ਦਾ ਹਰ ਸਹਾਬੀ ਸ਼ਾਨ ਵਾਲਾ ਹੈ, ਮਕਾਮ ਵਾਲਾ ਹੈ, ਮਰਤਬੇ ਵਾਲਾ ਹੈ। ਰਜਬੇ 13 ਰਜਬ ਹੋਈ ਅਸਾਂ ਅਲੀ ਅਲੀ ਕੀਤੀ, 6 ਰਜਬ ਹੋਈ ਅਸਾਂ ਖਾਜਾ ਖਾਜਾ ਕੀਤੀ। ਔਰ ਯਾਦ ਰੱਖੋ, 22 ਰਜਬ ਆਉਣੀ ਹੈ ਤੇ ਸਭ ਮੁਆਵੀਆ ਮੁਆਵੀਆ ਵੀ ਕਰਨੀ ਹੈ। ਕੀ ਮਸਲਾ ਹੈ ਤੇ ਮੇਰੇ ਮੁਆਵੀਆ ਕੋ ਸਾਹਬੀ ਨਹੀਂ, ਤੁਸਾਂ ਹੀ ਸਾਜੀ ਮੁਨਾਜ਼ਰੇ ਕੀਤੇ ਨੇ, ਮਾਨਚੈਸਟਰ ਦਾ ਮੁਨਾਜ਼ਰਾ ਯਾਦ ਨਹੀਂ ਹੈ। ਤੁਸਾਂ ਹਜ਼ਰਤ ਅਮੀਰੇ ਮੁਆਵੀਆ ਦੀ ਸ਼ਾਨ ਦੇ ਦਿਫਾ ਵਿੱਚ ਮੁਨਾਜ਼ਰੇ ਕੀਤੇ, ਜਦੋਂ ਹਜ਼ਰਤ ਅਮੀਰੇ ਮੁਆਵੀਆ ਨੂੰ ਅੰਮਾਰ ਬਿਨ ਯਾਸਿਰ ਦੇ ਹਵਾਲੇ ਨਾਲ ਬਾਗੀ ਕਰਾਰ ਦਿੱਤਾ ਜਾ ਰਿਹਾ ਸੀ, ਔਰ ਉਹ ਹਦੀਸ ਅਮੀਰੇ ਮੁਆਵੀਆ ਦੇ ਜਿਸਮਾਂ ਕੀਤੀਆਂ ਜਾ ਰਹੀਆਂ ਸਨ, ਉਹ ਬੁਖਾਰੀ ਦੀ ਹਦੀਸ ਪੜ੍ਹ ਕੇ, ਹਸਨ ਪਾਕ ਵਾਲੀ ਰਿਵਾਇਤ ਪੜ੍ਹ ਕੇ, ਉਹ ਸੱਜੇ ਪੱਗ ਤੇ ਬਿਠਾ ਕੇ ਜਿਹੜੀ ਮੁਸਤਫਾ ਨੇ ਫਰਮਾਈ ਸੀ, ਉਹ ਮਾਨਚੈਸਟਰ ਵਿੱਚ ਉਸ ਮੁਤਰਫੇਲਾ ਔਰ ਬਰਾਦਰੀ ਔਰ ਅਮੀਰੇ ਮੁਆਵੀਆ ਦੇ ਗੁਸਤਾਖ ਦਾ ਨਾਤਿਕਾ ਬੰਦ ਕਰਨ ਵਾਲਾ ਇਰਫਾਨ ਸ਼ਾਹ ਜੀ, ਤੁਸੀਂ ਸੋ ਹੁਣ ਤੁਹਾਨੂੰ ਬੁਖਾਰੀ ਦੀਆਂ ਹਦੀਸਾਂ ਕਿਉਂ ਭੁੱਲ ਗਈਆਂ ਨੇ।
आ जाओ वापस आ जाओ अखीदा जो सुन ते एवं किसी भोले च ना रे आ जे कि असि बड़े पढ़े हाँ असि भी गले नहीं असि भी पढ़े हाँ पीरां दे पुत्तरां दे पढ़े हाँ तुसा कदी आ जे अज मामला होवे ते असा नाल इस बाबे नूं रखना जे जदों तुसा इस बाबे नूं वेखना ना जे कोई शर्म हया होई ना ते आप ही अखां नीवियां हो जाणियां ने साडा लीडर ए बाबा जे ਜਿਹੜਾ ਕੱਲ ਵੀ ਅਖੀਦਾਰ ਸੁਨਤ ਦਾ ਚੌਕੀਦਾਰ ਸੀ ਅੱਜ ਵੀ ਚੌਕੀਦਾਰ ਹੈ ਨੇਚਰੀ ਹੋਵੇ ਫਾਦਰੀ ਹੋਵੇ ਮਜੂਸੀ ਹੋਵੇ ਫਦਸਟ ਹੋਵੇ ਔਰ ਕੋਈ ਬਦ ਮਸਲਕ ਬਦ ਮਜ਼ਹਬ ਹੋਵੇ ਇਹ ਬਾਬਾ ਸਾਡੇ ਵਾਸਤੇ ਐਟਮ ਬੰਬੇ